ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਹੰਬਲ ਮੋਸ਼ਨ ਪਿਕਚਰਸ ਦੀ ਪੇਸ਼ਕਸ਼ ਪੋਸਟੀ ਫਿਲਮ ਦੇ ਟ੍ਰੇਲਰ ਰਿਵਿਊ ਬਾਰੇ। ਫਿਲਮ ਪੋਸਟੀ ਰਿਲੀਜ਼ ਡੇਟ ਮਾਰਚ 20 ਮਿਥੀ ਗਈ ਹੈ ਅਤੇ ਇਸ ਤਰੀਕ ਦੇ ਹਿਸਾਬ ਨਾਲ ਟ੍ਰੇਲਰ ਥੋੜ੍ਹਾ ਜਿਹਾ ਲੇਟ ਰਿਲੀਜ਼ ਕੀਤਾ ਗਿਆ ਹੈ। ਪਰ ਫਿਲਮ ਦੇ ਪ੍ਰੋਡਿਊਸਰਸ ਗਿੱਪੀ ਅਤੇ ਰਵਨੀਤ ਗਰੇਵਾਲ ਨੇ ਫਿਲਮ ਦੀ ਪ੍ਰਮੋਸ਼ਨਸ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਨੇ। ਇਹ ਫਿਲਮ ਲਿਖੀ ਹੈ ਰਾਣਾ ਰਣਬੀਰ ਨੇ ਅਤੇ ਇਹ ਫਿਲਮ ਇਹਨਾਂ ਦੀ ਦੂਜੀ ਫਿਲਮ ਹੋਵੇਗੀ ਬਤੌਰ ਡਾਇਰੈਕਟਰ ਅਤੇ ਇਸ ਫਿਲਮ ਦੇ ਵਿੱਚ ਉਹ ਆਪ ਇੱਕ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਰਾਣਾ ਰਣਬੀਰ ਤੋਂ ਇਲਾਵਾ ਇਸ ਫਿਲਮ ਵਿੱਚ ਨਜ਼ਰ ਆਉਣਗੇ ਬੱਬਲ ਰਾਏ, ਸੁਰੀਲੀ ਗੌਤਮ, ਪ੍ਰਿੰਸ ਕਵਲਜੀਤ ਸਿੰਘ, ਵੱਡਾ ਗਰੇਵਾਲ, ਰਘਵੀਰ ਬੋਲੀ, ਜਸ ਪ੍ਰੇਮ ਢਿੱਲੋਂ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਤਰਸੇਮ ਪੌਲ, ਸੀਮਾ ਕੌਸ਼ਲ ਅਤੇ ਹੋਰ ਕਈ ਸਾਰੇ ਸਿਤਾਰੇ। ਅਤੇ ਇਸ ਫਿਲਮ ਵਿੱਚ ਸਪੈਸ਼ਲ ਅਪੀਅਰੈਂਸ 'ਤੇ ਨਜ਼ਰ ਆਉਣਗੇ ਜ਼ਰੀਨ ਖਾਨ। ਜੇ ਅਸੀਂ ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਨਸ਼ਿਆਂ ਦੀ ਵੱਧਦੀ ਸਮੱਸਿਆ ਬਾਰੇ ਦਰਸਾਇਆ ਗਿਆ ਹੈ। ਫਿਲਮ ਦੇ ਵਿੱਚ ਨਸ਼ੇ ਦੀ ਸ਼ਿਕਾਰ ਬਣੇ ਨਜ਼ਰ ਆਉਣਗੇ ਪ੍ਰਿੰਸ ਕਵਲਜੀਤ ਸਿੰਘ, ਵੱਡਾ ਗਰੇਵਾਲ ਅਤੇ ਰਾਣਾ ਰਣਬੀਰ। ਵੈਸੇ ਤਾਂ ਫਿਲਮ ਦਾ ਟਾਈਟਲ ਹੀ ਸਾਰੀ ਗੱਲ ਕਲੀਅਰ ਕਰ ਦਿੰਦਾ ਹੈ। ਜੇ ਇਸ ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਸੀਰੀਅਸ ਮੁੱਦੇ ਨੂੰ ਇੱਕ ਕੌਮੀਕਲ ਤਰੀਕੇ ਨਾਲ ਦਿਖਾਇਆ ਗਿਆ ਹੈ, ਪਰ ਸਾਨੂੰ ਪੂਰੀ ਉਮੀਦ ਹੈ ਕਿ ਰਾਣਾ ਰਣਬੀਰ ਦੀ ਕਲਮ ਨੇ ਇਸ ਮੁੱਦੇ ਨੂੰ ਹਾਸੇ ਮਜ਼ਾਕ ਦੇ ਵਿੱਚ ਬੜੇ ਹੀ ਖੂਬਸੂਰਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਹੋਵੇਗਾ। ਜੇ ਤੁਸੀਂ ਮੂਵੀ ਦੇ ਟ੍ਰੇਲਰ ਹਜੇ ਤੱਕ ਨਹੀਂ ਦੇਖਿਆ ਹੈ ਤਾਂ ਜ਼ਰੂਰ ਦੇਖੋ, ਨਾਲੇ ਸਾਨੂੰ ਸਾਡੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਟ੍ਰੇਲਰ ਕਿਵੇਂ ਦਾ ਲੱਗਿਆ। ਇਸ ਫਿਲਮ ਦੀਆਂ ਹੋਰ ਤਾਜ਼ਾ ਖਬਰਾਂ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ। ਰੱਬ ਰੱਖਾ।